ਦੀ ਵਕੀਲ ਨੂੰ ਲੈ ਕੇ ਅੱਜ ਜਿਹੜਾ ਭੰਡਾਰੀ ਪੁਲ ਵਿਖੇ NGO ਵੱਲੋਂ ਕੈਂਡਲ ਲਾਈਟ ਕੀਤੀ ਗਈ ਆ, ਉਹਦੇ 'ਚ ਮੈਂ ਸ਼ਾਮਿਲ ਹੋਇਆ ਕਿਉਂਕਿ ਮੈਨੂੰ ਬੁਲਾਇਆ ਗਿਆ ਸੀ। ਸੋ ਅੱਜ ਇਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਹੈ ਉਹਦੇ ਵੀ ਅੱਖਾਂ ਦੇ ਅੱਗੇ ਚਾਨਣ ਕਰਨਾ, ਤਾਂ ਕਿ ਸਾਡਾ ਨੌਜਵਾਨ ਜਿਹੜਾ ਉੱਥੇ ਸ਼ਹੀਦ ਹੋਇਆ, ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣੇ ਤੋਂ ਗੋਲੀ ਚਲਾ ਕੇ ਸ਼ਹੀਦ ਕੀਤਾ ਗਿਆ ਆ, ਉਹਦਾ ਨਿਆਂ ਦਿੱਤਾ ਜਾਵੇ। ਅੱਜ ਉਹਦਾ ਸਾਰਾ ਪਰਿਵਾਰ ਸੜਕਾਂ 'ਤੇ ਬੈਠਾ ਆ। ਅੱਜ ਜਿਹੜੀ ਹਰਿਆਣਾ ਪੁਲਿਸ ਆ ਉਹਨੇ ਗੈਰ ਮਨੁੱਖੀ ਤਰੀਕੇ ਦੇ ਨਾਲ ਔਰ ਕੌਂਸਟੀਟਿਊਸ਼ਨਲ ਦੇ ਅਗੇਂਸਟ ਜਾ ਕੇ, ਕਿਉਂਕਿ ਸੰਵਿਧਾਨ ਦੇ ਮੁਤਾਬਕ ਜਿਹੜਾ ਸੰਘਰਸ਼ ਕਰਨਾ ਉਹ ਹਰ ਇੱਕ ਦਾ ਸ਼ਾਂਤਮਈ ਸੰਘਰਸ਼ ਕਰਨਾ ਅਧਿਕਾਰ ਹੈ, ਪਰ ਅੱਗੇ ਜਦੋਂ ਤੁਸੀਂ ਰੋਕਾਂ ਲਾ ਦੋਗੇ, ਦੀਵਾਰਾਂ ਲਾ ਦੋਗੇ, ਜੇ ਕੁਦਰਤੀ ਗੱਲ ਹੈ ਜਦੋਂ ਕਿਸੇ ਦੇ ਰਾਈਟ ਰੁਕਣਗੇ ਉਹ ਬੰਦਾ ਉਹਦੇ ਵਾਸਤੇ ਪਰੇਸ਼ਾਨੀ ਦਾ ਕਾਰਨ ਬਣਦਾ ਹੈ, ਉਹਨੂੰ ਵੀ ਪਰੇਸ਼ਾਨੀ ਹੁੰਦੀ ਹੈ। ਸੋ ਅੱਜ ਜਿਹੜੀ ਖੱਟੜ ਸਰਕਾਰ ਹੈ ਉਹਦੇ 'ਤੇ ਭਗਵੰਤ ਮਾਨ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ, ਔਰ ਨਿਆਂ ਦੇਣਾ ਚਾਹੀਦਾ, ਕਿਉਂਕਿ ਸ਼ਰੇਆਮ ਉਹਦੇ ਧੌਣ 'ਚ ਪਿਛਲੇ ਬੰਨੇ ਗੋਰੀ ਲੱਗੀ ਆ, ਅਗਲੇ ਬੰਨੇ ਨਹੀਂ ਲੱਗੀ। ਸੋ ਜਿਹੜਾ ਪ੍ਰਿਤਪਾਲ ਆ ਉਹਨੂੰ ਵੀ ਬਹੁਤ ਸ਼ਿੱਦਤ ਕੀਤਾ ਗਿਆ, ਅੱਜ ਉਹ ਵੀ ਹਸਪਤਾਲ 'ਚ ਦਾਖਲ ਹੈ। ਸੈਂਕੜਿਆਂ ਦੇ ਕਰੀਬ ਜਿਹੜੇ ਆ ਲੋਕ ਜਿਨ੍ਹਾਂ ਦੀਆਂ ਬਾਹਾਂ ਟੁੱਟ ਗਈਆਂ, ਅੱਖਾਂ ਚਲੇ ਗਈਆਂ ਨੇ, ਅੱਜ ਹਸਪਤਾਲਾਂ 'ਚ ਜੇਰੇ ਇਲਾਜ ਨੇ। ਸੰਘਰਸ਼ ਕਰਨਾ ਦੇਖੋ ਹਰ ਇੱਕ ਦਾ ਆ, ਕਿਸੇ ਨੂੰ ਅਗਰ ਠੀਕ ਲੱਗੇ ਜਾਂ ਨਾ ਲੱਗੇ ਉਹ ਇੱਕ ਵੱਖਰੀ ਚੀਜ਼ ਹੈ, ਹਰ ਇੱਕ ਦਾ ਆਪਣਾ ਤਰਕ ਹੈ, ਪਰ ਉਹਦੇ 'ਚ ਅਨਮੁੱਖੀ ਤਸ਼ੱਦਦ ਕਰਨਾ ਇਹ ਸਭ ਤੋਂ ਮਾੜੀ ਗੱਲ ਹੈ। ਇਹ ਇੱਕ ਤਾਨਾਸ਼ਾਹ ਦਾ ਰਵੱਈਆ ਅਪਣਾਇਆ ਗਿਆ ਜਿਹੜਾ ਕਿ ਬਹੁਤ ਗਲਤ ਹੈ, ਔਰ ਇਸ ਰਵੱਈਏ ਕਰਕੇ ਹੀ ਜਿਹੜਾ ਕਿਸਾਨ ਹੈ ਜਾਂ ਜਿਹੜਾ ਪੰਜਾਬੀ ਹੈ, ਪੰਜਾਬੀ ਕਿਉਂਕਿ ਤੁਹਾਨੂੰ ਪਤਾ ਜ਼ੁਲਮ ਦੇ ਖਿਲਾਫ ਹਮੇਸ਼ਾ ਡਟਦਾ ਰਿਹਾ ਆਜ਼ਾਦੀ ਤੋਂ ਪਹਿਲਾਂ ਵੀ ਔਰ ਬਾਅਦ 'ਚ ਵੀ, ਅੱਜ ਪੰਜਾਬੀ ਉਹ ਮਹਿਸੂਸ ਕਰ ਰਿਹਾ ਕਿ ਸਾਡੇ 'ਤੇ ਜ਼ੁਲਮ ਹੋਇਆ। ਅੱਜ ਪੰਜਾਬ ਜਿਹੜਾ ਹੈ ਇਸੇ ਕਰਕੇ ਹਰ ਜਗ੍ਹਾ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ, ਹਰ ਜਗ੍ਹਾ ਦੇ ਧਰਨੇ ਚੱਲ ਰਹੇ ਨੇ। ਹੁਣ ਕੱਲ੍ਹ ਵੀ ਸਾਡੀ ਪਾਰਟੀ ਵੱਲੋਂ ਸਾਰੇ ਹਲਕਿਆਂ 'ਚ ਟਰੈਕਟਰ ਮਾਰਚ ਕੀਤਾ ਜਾ ਰਿਹਾ, ਤਾਂ ਕਿ ਲੋਕਾਂ ਨੂੰ ਦੇਖੋ ਜਿਹੜੇ ਹੱਕ ਰਾਈਟ ਨੇ। MSP ਮੋਦੀ ਸਾਹਿਬ ਕਹਿੰਦੇ ਸੀ ਜਦੋਂ ਸਰਕਾਰ 'ਚ ਨਹੀਂ ਸੀਗੇ, ਅਸੀਂ MSP ਲਾਗੂ ਕਰਾਂਗੇ, ਸਵਾਮੀਨਾਥਨ C2+50% ਅਸੀਂ ਲਾਗੂ ਕਰਾਂਗੇ, ਪਰ ਜਦੋਂ ਸਰਕਾਰ 'ਚ ਆ ਗਏ ਨੇ ਉਹੀ ਮੋਦੀ ਸਾਹਿਬ ਵਾਅਦਾ ਕਰਕੇ ਇੱਕ ਸਾਲ ਦੇ ਬਾਅਦ ਕੋਈ ਉਹਦੇ 'ਤੇ ਕਾਰਵਾਈ ਨਹੀਂ ਹੁੰਦੀ, ਕੋਈ ਉਹਦੇ 'ਤੇ ਗੱਲਬਾਤ ਨਹੀਂ ਹੁੰਦੀ, ਔਰ ਅਸੀਂ ਪਾਰਲੀਮੈਂਟ 'ਚ ਵਾਰ ਵਾਰ ਮੈਂ ਰੱਖਿਆ MSP ਦੇ ਦਿਓ, ਖਰੀਦਣਾ ਸਰਕਾਰੀ ਔਰ ਗੈਰ ਸਰਕਾਰੀ ਲੋਕਾਂ ਨੇ ਹੈ, ਔਰ ਜਿਹੜਾ ਘੱਟੋ ਘੱਟ ਜ਼ਿਮੀਂਦਾਰ ਹੈ ਜਿਹਦੀ 3-4 ਮਹੀਨੇ 2 ਮਿੰਟ ਤੋਂ ਬਾਅਦ 10 ਦਿਨ ਦੀ ਫਸਲ ਹੁੰਦੀ ਹੈ ਉਹਨੂੰ ਵਾਜਬ ਰੇਟ 'ਤੇ ਮਿਲ ਜੇ। ਹੁਣ 5 ਰੁਪਏ ਕਿਲੋ 4 ਰੁਪਏ ਕਿਲੋ ਸਬਜ਼ੀ ਵਿਕਦੀ ਹੈ, ਜਿਹੜਾ ਕੰਜ਼ਿਊਮਰ ਉਹਨੂੰ ਤਾਂ 25-30 ਰੁਪਏ ਕਿਲੋ ਮਿਲਦੀ ਹੈ ਨਾ, ਉਹਦਾ ਵਿਚਲਾ ਗੈਪ ਹੈ, ਉਹਦੇ ਵਾਸਤੇ ਸੰਘਰਸ਼ ਜਿਹੜਾ ਸਾਰਾ ਹੋ ਰਿਹਾ ਵੀ ਕਿਉਂ ਨਾ ਉਹ ਕੰਜ਼ਿਊਮਰ ਨੂੰ ਤਾਂ ਮਹਿੰਗੇ ਭਾਅ ਮਿਲੀ ਅਤੇ ਜਿਹੜਾ ਜਿਹੜਾ ਪੈਦਾ ਕਰਦਾ ਉਹਨੂੰ ਵੀ ਕੁਛ ਨਾ ਮਿਲਿਆ। ਸੋ ਇਹਦੇ ਵਾਸਤੇ ਸੰਘਰਸ਼ ਜਿਹੜਾ ਆ ਉਹ ਪੂਰਨ ਤੌਰ 'ਤੇ ਵਾਜਬ ਹੈ, ਔਰ ਉਹੀ ਮੋਦੀ ਸਰਕਾਰ ਨਰਿੰਦਰ ਮੋਦੀ ਜੀ ਇਸ 'ਤੇ ਕੋਈ ਵੀ ਜਵਾਬ ਨਹੀਂ ਦੇ ਰਹੇ। ਮੈਂ ਕਹਿਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਕਿ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਅਸਤੀਫੇ ਦੇਣੇ ਚਾਹੀਦੇ ਨੇ, ਅਸਤੀਫੇ ਦੇ ਕੇ ਪੰਜਾਬ ਨਾਲ ਖਲੋਣ, ਨਾ ਕਿ ਉਸ ਅੰਨੀ ਬੋਲੀ ਸਰਕਾਰ ਦੇ ਉਸ ਲੀਡਰ ਸਾਹਿਬਾਨ ਦੇ ਜਾ ਕੇ ਚਰਨਾਂ 'ਚ ਬਹਿਣ, ਇਹਨਾਂ ਨੂੰ ਰਿਜ਼ਾਈਨ ਕਰਨੇ ਚਾਹੀਦੇ। ਪਰ ਉਹ ਕਹਿੰਦੇ ਨੇ ਅਸੀਂ ਆਪ ਕਿਸਾਨਾਂ ਦੇ ਹੱਕ 'ਚ ਹਾਂ, ਅਸੀਂ ਤਾਂ ਮੁੱਲ ਬੜਾ ਵਧਾਇਆ, ਉਹਦੇ ਵਾਰ ਵਾਰ ਗੱਲਾਂ ਕਹਿ ਰਹੇ ਨੇ। ਦੇਖੋ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਕਿ MSP 1-2 ਫਸਲਾਂ 'ਤੇ ਮਿਲਦੀ ਹੈ। ਅੱਜ ਤੁਸੀਂ ਬਾਕੀ ਦੇਸ਼ ਦੇ ਵਿੱਚ ਵੇਖ ਲਓ ਕਿ 800 ਰੁਪਈਏ 1000 ਰੁਪਈਏ ਕੁਇੰਟਲ ਕਣਕ ਵਿਕਦੀ ਹੈ। ਤੁਸੀਂ ਮੱਲੇ ਮੰਡੀ ਚਲੇ ਜਾਓ, ਜਿਹੜਾ ਵੀ ਜ਼ਿਮੀਂਦਾਰ ਸਬਜ਼ੀ ਲੈ ਕੇ ਉਹਨਾਂ ਨੂੰ ਪੁੱਛੋ ਕੀ ਭਾਅ ਸਬਜ਼ੀ ਵੇਚੀ ਹੈ, ਤੁਹਾਨੂੰ ਵੇਖੂਗਾ 4 ਰੁਪਏ ਕਿਲੋ, 5 ਰੁਪਏ ਕਿਲੋ, 2 ਰੁਪਏ ਕਿਲੋ। ਇਹ MSP ਹੈ ਜਾਂ ਇਹ ਮੁੱਲ ਦੁੱਗਣੇ ਨੇ। ਸਾਡਾ ਦੇਖੋ ਲੜਾਈ ਵਾਜਬ ਇਸ ਗੱਲ ਦੀ ਹੈ ਕਿ ਅਸੀਂ ਜਿਹੜੀ ਕਿਸਾਨੀ ਹੈ, ਕਿਸਾਨੀ 'ਤੇ ਸਮੁੱਚੀ ਜਿਹੜੀ ਦੇਸ਼ ਦੀ ਅਰਥਵਿਵਸਥਾ ਘੁੰਮਦੀ ਹੈ, ਪਰ ਜਿਹੜਾ ਕਿਸਾਨ ਹੈ ਉਹਦੇ ਪੱਲੇ ਕੁਛ ਨਹੀਂ ਪੈਂਦਾ। ਇਹ ਲੰਬੇ ਸਮੇਂ ਦਾ ਰੋਸ਼ ਹੈ,
ਔਰ ਇਹ ਰੋਸ ਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਅੱਜ ਸ਼ੁਭਕਰਨ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ? ਸ਼ੁਭਕਰਨ ਦੇ ਹੱਕ ਦੇ ਵਿੱਚ FIR ਸਰਕਾਰ ਨੂੰ ਦਰਜ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਜਿਹੜੇ ਹੋਮ ਮਿਨਿਸਟਰ ਨੇ, ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੂੰ ਇਹਦੇ 'ਚ ਬਿਲਕੁਲ ਸ਼ਾਮਿਲ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੀ ਸ਼ਹਿਰ ਦੇ ਮੁਤਾਬਕ ਹੋਇਆ ਔਰ ਉਹ ਇਮੀਡੀਏਟਲੀ ਸਰਕਾਰ, ਉਹਨਾਂ ਦੇ ਪਰਿਵਾਰ ਆ ਉਹ ਬੈਠੇ ਨੇ, ਉਹਨਾਂ ਨੂੰ ਨਿਆਂ ਦੇਵੇ ਔਰ ਪ੍ਰਿਤਪਾਲ ਜਿਹਨੂੰ ਕਿ ਬਹੁਤ ਮਾਰਿਆ ਗਿਆ, ਅਨਮੁੱਖਾ ਤਸ਼ੱਦਦ ਕੀਤਾ ਗਿਆ, ਉਹਦੇ 'ਤੇ ਵੀ ਸਰਕਾਰ ਜਿਹੜੀ ਚੁੱਪ ਬੈਠੀ ਹੈ, ਉੱਥੇ ਵੀ ਸਰਕਾਰ ਕਾਰਵਾਈ ਕਰੇ। ਉਹ ਸਰਕਾਰ ਕਹਿੰਦੀ ਹੈ ਕਿ 1 ਕਰੋੜ ਰੁਪਇਆ ਅੱਜ ਤੱਕ ਕਿਸੇ ਇਤਿਹਾਸ 'ਚ ਕਿਸੇ ਸਰਕਾਰ ਨੇ ਨਹੀਂ ਦਿੱਤਾ, ਤੁਹਾਡੀ ਵੀ ਸਰਕਾਰ ਰਹੀ, 5 ਲੱਖ ਰੁਪਏ ਤੱਕ ਸੀਮਿਤ ਕਰ ਦਿੱਤਾ ਜਾਂਦਾ ਸੀ, 2 ਲੱਖ ਰੁਪਏ ਤੱਕ ਸੀਮਿਤ ਕਰ ਦਿੰਦਾ ਜਾਂਦਾ ਸੀ, ਲੇਕਿਨ ਆਮ ਆਦਮੀ ਪਾਰਟੀ ਨੇ ਇਨੀਸ਼ੀਏਟਿਵ ਲੈ ਕੇ 1 ਕਰੋੜ ਰੁਪਇਆ ਦਿੱਤਾ। ਦੇਖੋ, ਚੰਗੀ ਗੱਲ ਹੈ 1 ਕਰੋੜ ਰੁਪਇਆ ਦਿੱਤਾ ਸੀ ਉਹਨੂੰ, ਤੇ ਨਹੀਂ ਕਹਿੰਦੇ ਕਿ ਨਹੀਂ ਠੀਕ ਨਹੀਂ ਦਿੱਤਾ, ਪਰ ਜਦੋਂ ਅਨਮੋਲ ਗਗਨ ਮਾਨ ਹੁਣੀ ਚੁਟਕੀਆਂ ਨਾਲ ਕਹਿੰਦੇ ਸੀ 5 ਮਿੰਟ ਦੇ ਵਿੱਚ ਅਸੀਂ ਸਾਰੀਆਂ ਫਸਲਾਂ 'ਤੇ MSP ਦੇਵਾਂਗੇ, ਉਦੋਂ ਨਹੀਂ ਸੀ ਇਸ ਚੀਜ਼ ਦਾ ਖਿਆਲ। ਭਗਵੰਤ ਮਾਨ ਹੁਣੀ ਖੁਦ ਕਹਿੰਦੇ ਆ ਕਿ ਸਾਨੂੰ ਦਿਓ ਮੌਕਾ ਔਰ ਅਸੀਂ ਤੁਹਾਨੂੰ ਫਸਲਾਂ 'ਤੇ MSP ਦੇਵਾਂਗੇ, ਔਰ ਇੱਕ ਮੂੰਗੀ ਦੀ ਫਸਲ 'ਤੇ ਦਿੱਤੀ ਸੀ, ਮੇਰਾ ਉਹ ਵੀ ਨਹੀਂ ਚੁੱਕੀ ਗਈ ਇਹਨਾਂ ਕੋਲੋਂ, ਉਹ ਵੀ ਰੋਲਦੀ ਰਹੀ ਹੈ। ਸੋ ਇਹ ਜਿਹੜੀ ਗੱਲਾਂ ਸੀ ਇਹ ਖੁਦ ਕਰਦੇ ਨੇ ਅੱਜ ਕੱਲ੍ਹ ਲੋਕ, ਦੇਖੋ ਯੁੱਗ ਹੈ, ਲੋਕਾਂ ਨੇ ਬਰਾਬਰ ਰੀਲ ਚਲਾਤੀ ਉਹਨਾਂ ਦੀ ਬਿਠਾ ਕੇ, ਤੇ ਤੁਸੀਂ ਖੁਦ ਵਾਅਦਾ ਕਰਦੇ ਜੇ। ਅਨਮੋਲ ਗਗਨ ਮਾਨ ਹੁਣੀ ਕਿੰਨੀ ਜਗ੍ਹਾ 'ਤੇ ਕਹਿ ਰਹੇ ਆ ਕਿ ਮੈਂ ਦਵਾਉਂ MSP, ਸਾਡੀ ਕੇਜਰੀਵਾਲ ਸਰਕਾਰ ਦਿੱਲੀ 'ਚ ਦੇ ਰਹੀ ਆ, ਇੱਥੇ ਨਹੀਂ ਦੇ ਰਹੀ, ਤੇ ਫਿਰ ਇਹ ਦੇ ਦੇਣ। ਉਹ ਕਹਿੰਦੇ ਜਦੋਂ ਸਰਕਾਰੀ ਤੰਤਰ 'ਚ ਆਏ ਤਦ ਪਤਾ ਲੱਗਾ ਕੰਮ ਬੜਾ ਔਖਾ ਹੁੰਦਾ। ਦੇਖੋ, ਇਹ ਚੀਜ਼ਾਂ 'ਤੇ ਅਸੀਂ ਉਹਨਾਂ ਨੂੰ ਸਮਝਾਉਂਦੇ ਸਾਂ ਵੀ ਇਹ ਚੀਜ਼ਾਂ ਹੁੰਦੀਆਂ ਨੇ ਵਿਸ਼ ਵੀ ਔਰ ਆਰਥਿਕਤਾ ਨੂੰ ਵੀ ਨਾਲ ਲੈ ਕੇ, ਪਰ ਜਦੋਂ ਤੁਸੀਂ ਕਹਿੰਦੇ ਸੋ ਉਹਦੇ ਦਾ ਮਤਲਬ ਸਰਕਾਰ ਨੇ ਫਿਰ ਝੂਠ ਮਾਰਿਆ ਸੀ ਇਹਨਾਂ ਨੇ ਫਿਰ ਉਸ ਗੱਲ 'ਤੇ। ਦੇਖੋ, ਇਹ ਜਿਹੜਾ ਮੁੱਦਾ ਆ ਇਹ ਆ ਕੇਂਦਰ ਸਰਕਾਰ ਨਾਲ ਸੰਬੰਧਿਤ, ਕੇਂਦਰ ਸਰਕਾਰ ਇਹਦੇ 'ਤੇ ਜਿਹੜੀ ਹੈ MSP ਲਾਗੂ ਕਰਨ ਦਾ ਕਾਨੂੰਨ ਲੈ ਕੇ ਆਵੇ, ਆਰਡੀਨੈਂਸ ਲੈ ਕੇ ਆਵੇ, ਪਰ ਇਹ ਇਹਨਾਂ ਨੂੰ ਤਾਂ ਸਵਾਲ ਹੈ ਕਿਉਂਕਿ ਇਹ ਖੁਦ ਕਹਿੰਦੇ ਸੀ ਅਸੀਂ ਦੇਵਾਂਗੇ, ਅਸੀਂ ਤੁਹਾਨੂੰ MSP ਦੇਵਾਂਗੇ, ਸਟੇਟ ਕੋਲ ਤਾਂ ਪੈਸਾ ਹੈ ਨਹੀਂਗਾ, MP ਸਾਹਿਬ ਉਹਦਾ ਹੁਣ ਹੱਲ ਕੀ ਹੈ? ਖਤਮ ਹੁੰਦੇ ਨੇ, ਪਰ ਜਿਹੜਾ ਦੇਸ਼ ਵਾਸਤੇ ਕਾਨੂੰਨ ਇੱਕ ਹੋਣਾ ਚਾਹੀਦਾ, ਦੇਸ਼ ਵਾਸਤੇ ਜਦੋਂ ਕਹਿੰਦੇ ਇੱਕ ਸੰਵਿਧਾਨ ਇੱਕ ਕਾਨੂੰਨ ਹੈ, ਫਿਰ ਉਹਦੇ ਮੁਤਾਬਕ ਸਾਰੇ ਕਿਸਾਨ ਜਿਹੜੇ ਦੇਸ਼ ਦੇ ਨੇ ਜਿਹੜੇ ਰੁਲਦੇ ਨੇ। ਅੱਜ ਵੇਖੋ ਕਈ ਜਗ੍ਹਾ 'ਤੇ ਜਿਹੜਾ ਥੋਮ ਹੈ, ਜਿਹੜਾ ਆਪਣਾ ਥੋਮ ਹੈ ਉਹ ਰੁਲ ਰਿਹਾ ਹੈ ਅੱਜ ਤੁਸੀਂ ਜਗ੍ਹਾ 'ਤੇ, ਕਦੀ ਪਿਆਜ਼ ਰੋਲ ਜਾਂਦਾ, ਕਦੀ ਅਦਰਕ ਰੋਲ ਜਾਂਦਾ, ਤਾਂ ਕਿਸਾਨ ਦੇ ਪੱਲੇ ਕੀ ਪੈਂਦਾ? ਫਿਰ ਉਹ 20 ਦਿਨਾਂ ਬਾਅਦ ਰੇਟ 4-4, 5-5 ਗੁਣਾ ਹੋ ਜਾਂਦਾ। ਸਾਡੀ ਲੜਾਈ ਇਸ ਸਿਸਟਮ 'ਤੇ ਹੈ, ਇਹ ਸਿਸਟਮ ਨੂੰ ਠੀਕ ਕੀਤਾ ਜਾਵੇ। ਥੈਂਕ ਯੂ। ਜਿਹੜੇ ਅੰਮ੍ਰਿਤਸਰ ਦੇ ਕੁਝ ਸੰਘਰਸ਼ਸ਼ੀਲ ਬੰਦੇ ਆ, ਜਿਹੜੇ ਸੰਘਰਸ਼ ਦਾ ਸਮਰਥਨ ਕਰਨ ਵਾਲੇ ਆ, ਉਹਨਾਂ ਵੱਲੋਂ ਅੱਜ ਸ਼ੁਭਦੀਪ ਦੇ ਹੱਕ ਦੇ ਵਿੱਚ, ਕਿਉਂਕਿ ਉਹ ਸੰਘਰਸ਼ ਕਰਦਾ ਜਿਹੜਾ ਸਾਡਾ ਸਾਥੀ ਸ਼ਹੀਦ ਹੋਇਆ, ਆਵਾਜ਼ ਚੱਕਣ ਲਈ, ਕਿਉਂਕਿ ਪੰਜਾਬ ਸਰਕਾਰ ਨੇ ਇੱਕ FIR ਵੀ ਨਹੀਂ ਦਰਜ ਕੀਤੀ, ਜਿਹੜੀ 0 FIR ਵੀ ਦਰਜ ਕੀਤੀ ਜਾ ਸਕਦੀ ਸੀ, ਜਿਹੜਾ ਮਣੀਪੁਰ ਦੇ ਵਿੱਚ ਧੱਕਾ ਆਇਆ, ਜਦੋਂ ਉੱਥੇ ਦਿੱਲੀ ਦੇ ਵਿੱਚ 0 FIR ਹੋ ਸਕਦੀਆਂ, ਅਤੇ ਇੱਥੇ FIR ਵੀ ਨਹੀਂ ਦਰਜ ਕੀਤੀ। ਉਸ ਸੰਬੰਧ ਦੇ ਵਿੱਚ ਅਸੀਂ ਅੱਜ ਸਰਕਾਰ ਨੂੰ ਚਾਨਣ ਮੁਨਾਰਾ ਵਿਖਾਉਣ ਲਈ, ਇੱਕ ਸਰਕਾਰ ਦੇ ਵਿੱਚ ਕੰਨ ਖੋਲ੍ਹਣ ਦੇ ਲਈ ਅੱਜ ਇੱਕ ਜਿਹੜਾ ਕੈਂਡਲ ਦਾ ਪ੍ਰੋਗਰਾਮ ਰੱਖਿਆ, ਉਹਦੇ ਵਿੱਚ ਸਾਡੇ ਜਿਹੜੇ MP ਆ ਸਰਦਾਰ ਗੁਰਜੀਤ ਸਿੰਘ ਔਜਲਾ, ਉਹ ਮੁੱਖ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ ਰੱਖਿਆ ਗਿਆ, ਅਤੇ ਜਿੰਨੀਆਂ NGOs ਆਈਆਂ, ਜਿੰਨੇ ਸਾਡੇ ਸਾਥੀ ਇੱਥੇ ਪਹੁੰਚੇ ਆ, ਅੱਜ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਸ਼ੁਭਦੀਪ ਅਤੇ ਉਹਦੇ ਨਾਲ ਹੋਰ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਜ਼ਖਮੀ ਹੋਏ ਆ ਜਾਂ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੀ FIR ਦਰਜ ਕੀਤੀ ਜਾਵੇ।